ਸ਼ਰੀਫ ਖਾਨਦਾਨ ਦਾ ਅਲਜ਼ੀਜ਼ੀਆ ਤੇ ਫਲੈਗਸ਼ਿਪ ਰੈਫਰੈਂਸਸ ਵਿੱਚ ਓਪਨ ਟ੍ਰਾਇਲ ਥੀ ਸੀ। ਨਿਗਰਾ ਵਿਭਾਗੀ ਕਾਬੀਨਾ ਜੇਲ ਟ੍ਰਾਇਲ ਦਾ ਫੈਸਲਾ ਵਾਪਸ ਕਿਨਾਰ ਦੀ ਮਨਜ਼ੂਰੀ ਦੇ ਦਿੱਤੀ। ਕਾਬੀਨਾ ਇਜਲਾਸ ਵਿੱਚ ਆਮ ਇੰਤਖਾਬਾਤ ਦੇ ਅਮਲ ਨੂੰ ਸ਼ਫਾਫ ਬਣਾਉਣ ਕਿਤੇ ਇਕਦਾਮਾਤ ਨੂੰ ਵੀ ਹਤਮੀ ਸ਼ਕਲ ਦੇ ਦਿੱਤੀ ਗਈ। ਨਿਗਰਾ ਵਜ਼ੀਰ ਦਾਖਲਾ ਅਮਨੋ ਅਮਾਨ ਬਾਰੇ ਅਮੂਰ ਤੇ ਬਰੀਫਿੰਗ ਦਿੱਤੀ। ਅਗਰ ਤਹਿਰੀਕ ਇਨਸਾਫ ਨੂੰ ਮਕਬੂਲੀਅਤ ਦਾ ਯਕੀਨ ਹੈ ਤਾਂ ਬਲ ਸ਼ਫਾਫ ਇੰਤਖਾਬਾਤ ਤੋਂ ਡਰ ਕੀ ਹਾਂ। ਇਮਰਾਨ ਖਾਨ ਸਾਜ਼ਿਸ਼ ਕਰਦੇ ਵਜ਼ੀਰ ਆਜ਼ਮ ਬਣਵੇ ਸਨ, ਇਹ ਉਹਨਾਂ ਦੀ ਭੁੱਲ ਲੇ। ਬਿਲਾਵਲ ਭੁੱਟੋ ਜ਼ਰਦਾਰੀ ਦੀ ਤਨਕੀਦ, ਆਖਿਆ ਲਾਡਲੇ ਦੀ ਸਿਆਸਤ ਤੋਂ ਮੁਲਕ ਨੂੰ ਨੁਕਸਾਨ ਥੀ ਸੀ, ਪਹਿਲੇ ਵੀ ਸਾਜ਼ਿਸ਼ਾਂ ਦਾ ਮੁਕਾਬਲਾ ਕੀਤੇ, ਆਇੰਦਾ ਵੀ ਕਰੇ ਸੋ। ਇਲੈਕਸ਼ਨ ਕਰੀਬ ਆਉਂਦੇ ਹੀ ਪੂਰੇ ਮੁਲਕ ਅੰਗੇ ਤਹਿਸੀਲ ਖਾਨਪੁਰ ਵਿੱਚ ਵੀ ਇਲੈਕਸ਼ਨ ਮੁਹਿੰਮ ਵਿੱਚ ਤੇਜ਼ੀ ਆ ਗਈ। ਹਲਕਾ ਪੀਪੀ 259 ਤੋਂ ਆਜ਼ਾਦ ਉਮੀਦਵਾਰ ਸੋਫੀਆ ਸਾਦਿਕ ਆਖੇ ਜ਼ਾਲਿਮ ਬਨੇਰੀਆਂ ਦੇ ਖਿਲਾਫ ਆਵਾਮ ਸਾਥ ਦੇਵੇਨ, ਦੀਵਾਰ ਬੜਤੇ ਖੜੀ ਰਾਸਾ। ਕਰਾਚੀ ਵਿੱਚ ਪੁਲਿਸ ਤੇ ਰੇਂਜਰ ਸਿਲੈਕਸ਼ਨ ਵਿੱਚ ਮੁਬੈਨਾ ਤਕਰੀਬਕਾਰੀ ਦਾ ਵੱਡਾ ਮਨਸੂਬਾ ਨਾਕਾਮ ਬਣਾ ਦਿੱਤਾ। ਐਮਕਿਊਐਮ ਲੰਡਨ ਦੇ 2 ਮੁਲਜ਼ਮਾਨ ਗ੍ਰਿਫਤਾਰ। ਮੁਲਜ਼ਮਾਨ ਇਲੈਕਸ਼ਨ ਦੇ ਦਿਨ ਸਿਆਸੀ ਰਹਿਨਮਾਵਾਂ ਨੂੰ ਟਾਰਗੇਟ ਬਣਾਉਣ ਚਾਹੁੰਦੇ ਹਨ। ਤਹਿਸੀਲ ਜਤੋਈ ਵਿੱਚ ਪਿਛਲੇ ਦੀ ਘਰ ਦੇ 5 ਬੰਦਿਆਂ ਨੂੰ ਨਸ਼ਾ ਵਰ ਖੀਰ ਪਿਲਾ ਤੇ ਘਰ ਦਾ ਸਫਾਇਆ ਕਰਨ ਵਾਲੇ ਜਾਲੀ ਪੀਰ ਦੇ ਕੇਸ ਵਿੱਚ ਅਹਿਮ ਪੇਸ਼ਰਫਤ। ਜਾਲੀ ਪੀਰ ਦੀ ਸ਼ਨਾਖਤ ਥੀ ਗਈ, ਗ੍ਰਿਫਤਾਰੀ ਕਿਤੇ ਪੁਲਿਸ ਪਾਰਟੀਆਂ ਲਾਹੌਰ ਤੇ ਗੁਜਰਾਤ ਰਵਾਨਾ ਥੀ ਗਿਆ।